हाँ जी, ते अज आपां चले आ खरदुंगला टॉप। सवेर दे 4 बजे दा टाइम आ, ते फिर आपां पहुंचदे चेक पोस्ट ते। उत्थे आपां किसे गड्डी दी वेट करदे आ, ते समान किसे गड्डी च रखांगे। जिहड़ा जिहड़ा समान अपना वो टॉप ते रख दे, ते आपां जाणा अगे नुबरा वैली, ते चेक पोस्ट ते जाके देने आ। की बनदा? आपां जा रहे हां खरदुंगला टॉप, ते सामने रह गया लेह शहर। ਉਹ ਸਕਰੀਨ ਦੇ ਬਿਲਕੁਲ ਸੈਂਟਰ 'ਚ ਜਿੱਥੇ ਆਪਾਂ ਜਾ ਕੇ ਆਏ ਸੀ, ਸ਼ਾਂਤੀ ਸਤੂਪਾ, ਅਤੇ ਖਰਦੁੰਗਲਾ ਟੋਪ ਹੈ ਇੱਧਰਲੀ ਸਾਈਡ। ਸਵੇਰ ਦੇ 5 ਵੱਜ ਗਏ, ਅਤੇ ਇੱਥੋਂ ਹੁੰਦੀ ਹੈ ਚੜ੍ਹਾਈ ਸ਼ੁਰੂ ਖਰਦੁੰਗਲਾ ਟੋਪ ਦੀ। ਸਿਆਚਿਨ ਵਾਰੀਅਰਸ, ਵੈਲਕਮ ਟੂ ਵਨ ਆਫ ਦੀ ਹਾਈਐਸਟ ਮੋਟਰੇਬਲ ਰੋਡਸ ਇਨ ਦੀ ਵਰਲਡ, ਮਾਈਟੀ ਖਰਦੁੰਗਲਾ। ਐਲਟੀਟਿਊਡ 17982। ਹੈਵ ਅ ਨਾਈਸ ਜਰਨੀ। ਇੱਥੇ ਲਿਖਿਆ ਪਹਿਲੇ ਨੰਬਰ ਦਾ, ਪਰ ਅੱਜ ਦੇ ਟਾਈਮ 'ਤੇ ਜਿਹੜਾ ਖਰਦੁੰਗਲਾ ਟੋਪ ਆ ਉਹ ਦੁਨੀਆ ਦੀ ਦੂਜੇ ਨੰਬਰ ਦੀ ਉੱਚੀ ਸੜਕ ਆ, ਅਤੇ ਸਭ ਤੋਂ ਉੱਚੀ ਹੈਗੀ ਆ ਉਮਲਿੰਗਲਾ। ਹੁਣ ਆਪਾਂ ਇੱਥੇ ਕਿਸੇ ਵਹੀਕਲ ਦੀ ਵੇਟ ਕਰਦੇ ਹਾਂ, ਗੱਡੀਆਂ ਜਾਂਦੀਆਂ ਹੁੰਦੀਆਂ ਪਿਕਅਪ ਇੱਥੋਂ ਸਦਿਆਂ ਖਰਦੁੰਗਲਾ ਟੋਪ ਨੂੰ, ਅਤੇ ਸਾਈਕਲ 'ਤੇ ਆਪਣੇ ਹਾਂ ਜਿੰਨਾ ਵੀ ਸਮਾਨ ਲੱਦਿਆ ਇਹ ਸਾਰਾ ਕਿਸੇ ਗੱਡੀ 'ਚ ਰੱਖਾਂਗੇ, ਅਤੇ ਇਹ ਸਮਾਨ ਗੱਡੀ ਵਾਲਾ ਰੱਖ ਦੂਗਾ ਟੋਪ 'ਤੇ, ਅਤੇ ਜਦੋਂ ਆਪਾਂ ਟੋਪ 'ਤੇ ਪਹੁੰਚ ਗਏ ਉੱਥੇ ਜਾ ਕੇ ਆਪਣਾ ਸਮਾਨ ਜਿਹੜਾ ਆਪਾਂ ਚੱਕ ਲਾਂਗੇ। ਸਮਾਨ ਆਪਾਂ ਟਰੱਕ 'ਚ ਰੱਖਤਾ, ਬਾਈ ਨੂੰ ਕਹਿੰਦਾ ਵੀ ਖਰਦੁੰਗਲਾ ਟੋਪ 'ਤੇ ਰੱਖ ਦੀ ਆਪਣਾ ਸਮਾਨ ਉੱਥੇ, ਜੋ ਕਿ ਆਰਮੀ ਵਾਲਾ ਹੋਇਆ ਉਹਨੂੰ ਦੱਸ ਦੀ ਵੀ ਥੱਲੇ ਸਾਈਕਲ 'ਤੇ ਬੰਦਾ ਆਊਗਾ ਉਹ ਚੱਕੂਗਾ ਸਮਾਨ। ਅਤੇ ਬਸ ਆਪਣੇ ਕੋਲ ਹੁਣ ਜ਼ਰੂਰੀ ਆ ਸਮਾਨ ਰਹਿ ਗਿਆ ਜਿਹੜਾ ਆਪਾਂ ਨੂੰ ਚਾਹੀਦਾ ਗਾ, ਪਾਣੀ ਪੂਣੀ ਅਤੇ ਕੁਛ ਖਾਣ ਪੀਣ ਦਾ। ਅਤੇ ਹੁਣ ਆਪਾਂ ਚੱਲਦੇ ਹਾਂ ਖਰਦੁੰਗਲਾ ਟੋਪ ਨੂੰ। ਆਪਾਂ ਖੜ੍ਹੇ ਹਾਂ 13,000 ਫੁੱਟ ਦੀ ਉਚਾਈ 'ਤੇ, ਸਾਹਮਣੇ ਬੋਰਡ ਲਿਖਿਆ ਲੇਹ ਵਿਊ ਪੁਆਇੰਟ, ਅਤੇ ਇੱਥੋਂ ਲੇਹ ਤੁਸੀਂ ਜਿਹੜਾ ਦੇਖ ਸਕਦੇ ਆ, ਇੱਥੋਂ ਲੇਹ ਐਵੇਂ ਦਾ ਦਿੰਦਾ। ਅਤੇ ਚੱਲਦੇ ਹਾਂ ਆਪਾਂ, ਇੱਥੋਂ ਜੇ ਵਾਟ ਬਹੁਤ ਪਈ ਆ, 2 ਕਿੰਚੀਆਂ ਚੜ੍ਹ ਕੇ ਆਏ ਹਾਂ, ਅਤੇ ਆਕਸੀਜਨ ਦੀ ਬਹੁਤ ਕਮੀ ਹੈ ਪਾਸ 'ਤੇ ਅੱਗੇ ਜਾ ਕੇ, ਕਿਉਂਕਿ ਦਰੱਖਤਾਂ ਦਰੁੱਖਤਾਂ ਵਾਲਾ ਕੰਮ ਇਦੂ ਬਾਅਦ ਮੁੱਕ ਜੂਗਾ। ਅਤੇ ਬਾਕੀ ਜਦੋਂ ਆਪਾਂ ਖਰਦੁੰਗਲਾ ਕ੍ਰੋਸ ਕਰ ਗਏ ਉਦੋਂ ਬਾਅਦ ਆਪਣਾ ਹਰਨੂਪੁਰਾ ਵਾਲਾ ਹੋ ਗਿਆ, ਪੈਂਗੋਂਗ ਵਾਲਾ, ਜਿੰਨਾ ਵੀ ਸਫ਼ਰ ਆ ਸਾਰਾ ਉਹ ਫੁੱਲ ਆਫ ਐਡਵੈਂਚਰ ਆ, ਤਾਂ ਕਰਕੇ ਜੁੜੇ ਰਹੋ ਸਫ਼ਰ ਨਾਲ। ਬਾਕੀ ਤੁਹਾਨੂੰ ਅੱਗੇ ਰਸਤਾ ਦਿਖਾਉਣੇ ਆ ਕਿਵੇਂ ਪਹੁੰਚਦਾ ਫਿਰ ਅੱਜ ਖਰਦੁੰਗਲਾ ਪਾਸ 'ਤੇ। ਥੱਲੇ ਤੁਸੀਂ ਦੇਖ ਸਕਦੇ ਆਪਾਂ ਕਿਵੇਂ ਕੈਂਚੀਆਂ ਚੜ੍ਹ ਕੇ ਆ ਰਹੇ ਹਾਂ। ਇਹ ਹੁੰਦੀਆਂ ਕੈਂਚੀਆਂ ਕਿਸੇ ਵੀ ਪਹਾੜੀ ਚੋਟੀ ਨੂੰ ਕਹਿ ਲਓ ਜਾਂ ਦਰੇ ਨੂੰ ਸਰ ਕਰਨ ਵਾਸਤੇ, ਇਸ ਤਰ੍ਹਾਂ ਹੀ ਸੜਕ ਬਣਾਈ ਜਾਂਦੀ ਹੈ, ਇੱਕ ਪਹਾੜ ਦੇ ਨਾਲ ਨਾਲ ਘੁੰਮੀ ਜਾਣਾ ਆਪਾਂ। ਸਾਊਥ ਪੁੱਲੂ ਰਹਿ ਗਿਆ ਇੱਥੋਂ 11, ਇਹਦਾ ਮਤਲਬ ਕਿ ਖਰਦੁੰਗਲਾ ਟੋਪ ਇੱਥੋਂ ਹਜੇ ਮੰਨ ਕੇ ਚਲੋ 24-25 ਕਿਲੋਮੀਟਰ ਦੂਰ ਹੈਗਾ ਆਰਾਮ ਨਾਲ। ਜਿਹੜਾ ਖਰਦੁੰਗਲਾ ਤੋਂ ਉਰਲੀ ਸਾਈਡ ਚੈੱਕ ਪੋਸਟ ਆਉਂਦੀ ਆ ਉਹਨੂੰ ਬੋਲਦੇ ਆ ਸਾਊਥ ਪੁੱਲੂ, ਯਾਨੀ ਕਿ ਸਾਊਥ ਪੋਲ। ਅਤੇ ਜਦੋਂ ਆਪਾਂ ਖਰਦੁੰਗਲਾ ਪਾਰ ਕਰਕੇ ਪਰਲੀ ਸਾਈਡ ਉਤਰਾਂਗੇ ਉੱਧਰ ਆਪਾਂ ਨੂੰ ਆਊਗਾ ਨੌਰਥ ਪੁੱਲੂ, ਯਾਨੀ ਕਿ ਨੌਰਥ ਪੋਲ। ਅਤੇ ਆਹ ਮਾੜੀ ਜਿਹੀ ਚੜ੍ਹਾਈ ਦੇਖੋ ਕਿੱਧਰ ਦੀ ਚੜ੍ਹ ਕੇ ਆਏ ਆਪਾਂ, ਅਤੇ ਉਹ ਸਾਹਮਣੇ ਰਹਿ ਗਿਆ ਲੇਹ ਸ਼ਹਿਰ, ਅਤੇ ਲੇਹ ਸ਼ਹਿਰ ਦੇ ਉੱਤੇ ਦੀਂਦਾ ਗਲੇਸ਼ੀਅਰ ਦਾ ਸੋਹਣਾ ਵਿਊ। ਅੱਗੇ ਇੱਕ ਵਿਊ ਪੁਆਇੰਟ ਬਣਿਆ ਲੇਹ ਸ਼ਹਿਰ ਦਾ, ਅਤੇ ਉਹ ਸਾਹਮਣੇ ਵਾਲੇ ਗਲੇਸ਼ੀਅਰ ਦਾ ਜਿਹੜਾ ਉਹ ਤੁਸੀਂ ਦੇਖੀ ਜਾਂਦੇ ਆ। ਅਤੇ ਬਸ ਉਹ ਸਾਹਮਣੇ ਰਹਿ ਗਿਆ ਵਿਊ ਪੁਆਇੰਟ, ਅਤੇ ਤੁਹਾਨੂੰ ਉੱਥੋਂ ਨੇੜੇ ਜਾ ਕੇ ਆਪਾਂ ਲੇਹ ਸ਼ਹਿਰ ਦਾ ਅਤੇ ਸਾਹਮਣੇ ਗਲੇਸ਼ੀਅਰ ਦਾ ਉੱਥੇ ਇੱਕ ਬਹੁਤ ਸੋਹਣਾ ਵਿਊ ਬਣਦਾ, ਤੁਹਾਨੂੰ ਵਿਊ ਦਿਖਾਉਣੇ ਉੱਥੇ ਜਾ ਕੇ। ਇਹ ਆ ਵਿਊ ਪੁਆਇੰਟ ਲੇਹ ਜਿਹਦੀ ਆਪਾਂ ਗੱਲ ਕਰਦੇ ਸੀ, ਅਤੇ ਪਰ ਪਿਛਲੇ ਸਾਲ ਜਿਹੜਾ ਇੱਥੇ ਫਰੇਮ ਜਿਹਾ ਬਣਾ ਕੇ ਲਾਤਾ ਹੈ ਨਾ ਇਹ BR ਵਾਲਿਆਂ ਨੇ, ਇਹ ਉਦੋਂ ਹੈ ਨਹੀਂ ਸੀ, ਅਤੇ ਇੱਥੇ ਸਾਈਕਲ ਲਾ ਕੇ ਫੋਟੋ ਖਿੱਚੀਆਂ, ਫੋਟੋ ਐਂ ਪੂਰੀਆਂ ਘੈਂਟ ਆਈਆਂ, ਬਹੁਤ ਸਿਰਾ ਕੰਮ। ਬਾਈ ਗਿਆ ਉਹ ਪ੍ਰੋਫੈਸ਼ਨਲ ਸੀ ਬੰਦਾ, ਵਧੀਆ ਫੋਟੋ ਖਿੱਚ ਕੇ ਗਿਆ। ਅਤੇ ਹੁਣ ਆਪਾਂ ਵੀ ਉੱਥੋਂ ਚੱਲਦੇ ਹਾਂ, ਬਹੁਤ ਰੈਸਟ ਹੋ ਗਈ, ਜ਼ਿਆਦਾ ਟਾਈਮ ਵੇਸਟ ਨਾ ਕਰੀਏ ਅਤੇ ਪਹੁੰਚੀਏ ਟਾਈਮ ਨਾਲ ਖਰਦੁੰਗਲਾ ਟੋਪ 'ਤੇ। ਸਿਆਚਿਨ ਵਾਰੀਅਰਸ, ਦੀ ਸਟਰਗਲ ਯੂ ਡੂ ਟੂਡੇ ਵਿਲ ਗਿਵ ਯੂ ਸਟਰੈਂਥ ਟੁਮਾਰੋ। ਆਹ ਬਾਈ ਹੁਣੀ ਮਿਲੇ ਆ ਰਸਤੇ 'ਚ, ਆਪ ਕਹਾਂ ਸੇ ਹੋ? ਨੁਬਰਾ ਸੇ ਹੋ? ਤੋ ਆਪਕਾ ਨਾਮ ਕਿਆ ਹੈ? ਉਂਗਿਆਲ। ਉਂਗਿਆਲ, ਓਕੇ, ਥੈਂਕ ਯੂ ਉਂਗਿਆਲ ਜੀ। ਤੋ ਮੈਂ ਹਮ ਜਾ ਰਹੇ ਥੇ ਖਰਦੁੰਗਲਾ ਟੋਪ ਪੇ, ਤੋ ਯੇ ਬੋਲੇ ਕਿ ਆਪ ਲੱਸੀ ਪੀਓਗੇ, ਹਮਨੇ ਬੋਲਾ ਚਲੋ ਪਿਲਾ ਦੋ, ਤੋ ਯੇ ਬੋਲੇ ਕਿ ਹਮ ਸਾਈਕਲ ਵਾਲੇ ਕੇ ਬੜੇ ਫੈਨ ਹੈ, ਯੇ ਹਮਾਰਾ ਲੋਕਲ ਲੱਸੀ ਹੈ ਬੋਲੇ, ਇਹ ਕਿਸਕਾ ਗਾਏ ਕਾ ਦੁੱਧ, ਗਾਏ ਕੇ ਦੁੱਧ ਕਾ ਲੱਸੀ ਹੈ, ਔਰ ਯੇ ਬੋਲੇ ਉਤਨਾ ਤਕੜਾ ਤੋ ਨਹੀਂ ਜਿਤਨਾ ਆਪਕੇ ਪੰਜਾਬ ਕਾ ਲੱਸੀ ਹੋਤਾ ਹੈ, ਆਪ ਪੀਏ ਪੰਜਾਬ ਕਾ ਲੱਸੀ?
हाँ हम तो वहाँ बैठे हैं चंडीगढ़ में, पढ़ाई अच्छा की ठीक है, है जर्मनी में बैठे हैं। ठीक है, बहुत अच्छा लगा आपसे मिलके उंगेल जी। ऑल द बेस्ट। ओके थैंक यू सो मच फॉर लस्सी। ओके थैंक यू। एवरी डेज अर्थडे, बाकी सही गल आ ते ये गल ते गौर करनी बनती आ। एवरी डेज अर्थडे, ता ही कुछ अपनी आने वाली पीढ़ी वास्ते कुछ बचूगा है ना। जे आप ये गल ते ना गौर करांगे है ना, दरख्त पट्टी जावांगे, प्लास्टिक यूज करी जावांगे, गंद पैल जिवें इत्थे बहुत सारे सिटी जांदे आ, प्लास्टिक दियां बोतलां हो गए है ना, पॉलीथीन दे रैपर हो गए, तां फिर जिहड़ी उह सामणे बर्फ दिंदी आ ਉਹ ਨਹੀਂ ਬਚਣੀ, ਨਾ ਹੀ ਇਹ ਲੱਦਾਖ ਰਹਿਣਾ ਗਾ ਘੁੰਮਣ ਵਾਸਤੇ। ਇਹ ਚੀਜ਼ 'ਤੇ ਗੌਰ ਕਰਨ ਦੀ ਲੋੜ ਆ। ਬਾਕੀ ਬਹੁਤ ਸੋਹਣਾ ਮੈਸੇਜ ਲਿਖਿਆ ਬੋਰਡ 'ਤੇ, ਫਿਰ ਰਿਪੀਟ ਕਰਦੇ ਹਾਂ, ਐਵਰੀ ਡੇਜ਼ ਅਰਥ ਡੇ। ਆਪਾਂ ਪਹੁੰਚ ਗਏ ਸਾਊਥ ਪੁੱਲੂ, ਅਤੇ ਗੱਡੀਆਂ ਵਾਲੇ ਐਂਟਰੀ ਉਂਟਰੀ ਕਰਾਈ ਜਾਂਦੇ ਇੱਥੇ, ਅਤੇ ਆਪਣੀ ਵੀ ਐਂਟਰੀ ਹੋਊਗੀ, ਪਰ ਆਪਾਂ ਟੱਪ ਜਾਂਦੇ ਸਾਈਡ ਥਾਣੀ ਦਾ, ਉਦੋਂ ਐਂਟਰੀ ਕਰਾ ਕੇ ਟੱਪਦੇ ਹਾਂ ਇੱਥੋਂ, ਅਤੇ ਪਾਣੀ ਪੂਣੀ ਭਰਦੇ ਹਾਂ ਕਿੱਥੋਂ, ਅਤੇ ਸਾਊਥ ਪੁੱਲੂ ਤੋਂ ਫਿਰ ਵੱਧਦੇ ਹਾਂ ਅੱਗੇ, ਅਤੇ ਉਦੋਂ ਬਾਅਦ ਪੈਣਾ ਆਪਣਾ ਡਾਟ। ਇੱਥੇ ਸਾਹਮਣੇ ਆਪਾਂ ਐਂਟਰੀ ਕਰਾਏ, ਆਪ ਹੀ ਕਰਨੀ ਹੁੰਦੀ ਐਂਟਰੀ, ਰਜਿਸਟਰ ਰੱਖਿਆ ਪਿਆ ਹੁੰਦਾ ਬਾਲੇ ਘੋਲੀ ਆ, ਆਪ ਨਹੀਂ ਕੁਛ ਦੇਖਦੇ, ਕਹਿੰਦੇ ਆਪੇ ਲਿਖ ਦਿਓ ਆਪਦਾ, ਅਤੇ ਚਲੋ ਬਸ ਫੋਰਮੈਲਿਟੀ ਜੀ ਆ। ਹੁਣ ਇੱਥੋਂ ਚੱਲਦੇ ਹਾਂ, ਅਤੇ ਅੱਗੇ ਆਰਮੀ ਵਾਲੇ ਬਾਈਆਂ ਤੋਂ ਆਪਾਂ ਪਾਣੀ ਪੁੱਛਦੇ ਹਾਂ, ਅਤੇ ਪਾਣੀ ਭਰਦੇ ਹਾਂ, ਪਾਣੀ ਖਤਮ ਹੋਇਆ ਪਿਆ ਆਪਣੇ ਕੋਲ, ਪਾਣੀ ਜ਼ਰੂਰੀ ਆ, ਆਕਸੀਜਨ ਆਪਣੀ ਜਿਹੜੀ ਪਾਣੀ 'ਚ ਪੂਰੀ ਹੋਊਗੀ ਅੱਜ। ਮੈਂ ਪਾਣੀ ਪੁੱਛਿਆ ਸੀਗਾ ਸਾਊਥ ਪੁੱਲੂ, ਇੱਥੇ ਟ੍ਰਾਂਜੈਂਟ ਕੈਂਪ ਜਿਹਾ ਛੋਟਾ ਇੱਕ ਰਿਕਵਰੀ ਪੋਸਟ ਆ ਨਾ ਆਰਮੀ ਵਾਲਿਆਂ ਦੀ, ਅਤੇ ਭਰਾ ਕਹਿੰਦੇ ਬਈ ਰੋਟੀ ਛੱਕ ਕੇ ਬਿਨਾਂ ਨਹੀਂ ਜਾਣ ਦੇਣਾ, ਨਹੀਂ ਪਾਣੀ ਵੀ ਨਹੀਂ ਮਿਲਣਾ, ਜੇ ਪਾਣੀ ਲੈਣਾ ਤਾਂ ਪਹਿਲਾਂ ਰੋਟੀ ਛੱਕ ਫਿਰ ਜਾਈ। ਸੋ ਬਹੁਤ ਬਹੁਤ ਧੰਨਵਾਦ ਆ। ਆਪਾਂ ਚੱਲ ਪਏ ਸੀਗੇ ਸਾਊਥ ਪੁੱਲੂ ਤੋਂ ਖਰਦੁੰਗਲਾ ਟੋਪ ਨੂੰ, ਅਤੇ ਉੱਥੇ ਤੁਹਾਨੂੰ ਦੱਸਿਆ ਆਪਾਂ ਰੁਕੇ ਤਾਂ ਪਾਣੀ ਭਰਨ ਸੀਗੇ, ਅਤੇ ਪਰ ਭਰਾ ਮਿਲ ਗਏ, ਕਹਿੰਦੇ ਬਈ ਯਾਰ ਰੋਟੀ ਖਾਧੇ ਬਿਨਾਂ ਨਹੀਂ ਜਾਣ ਦੇਣਾ, ਰੋਟੀ ਰੁਟੀ ਖਵਾਈ ਵਧੀਆ ਹੈ ਨਾ, ਵਧੀਆ ਸੇਵਾ ਕੀਤੀ, ਪਾਣੀ ਪੂਣੀ ਚਾਹੀਦਾ ਗਰਮ ਨਹਾਉਣ ਨੂੰ, ਕਹਿੰਦੇ ਦੱਸ ਦਿਓ ਉਹ ਵੀ ਕਰ ਦਿੰਦੇ ਹਾਂ, ਇੱਥੇ ਰਹਿਣਾ ਤਾਂ ਜੇ ਇੱਥੇ ਰਹਿਵੋ, ਪਰ ਆਪਾਂ ਕਹਿੰਦੇ ਨਹੀਂ ਬਈ ਆਪਣਾ ਸਮਾਨ ਸਮੂਨ ਪਿਆ ਬਈ ਟੋਪ 'ਤੇ, ਅੱਜ ਚੜ੍ਹਦੇ ਹਾਂ ਅੱਗੇ ਕਿਤੇ ਰੁਕਣਾ ਉੱਥੇ ਦੇਣੇ ਹਾਂ, ਅਤੇ ਬਾਕੀ ਬਾਈ ਹਜ਼ਾਰ ਕੇ ਕਹਿੰਦੇ ਵੀ ਅੱਗੇ ਕੋਈ ਪ੍ਰੋਬਲਮ ਆਈ ਫੋਨ ਕਰ ਦਿਓ, ਅਤੇ ਜੇਬਾਂ ਭਰਤੀਆਂ ਟੋਫੀਆਂ ਨਾਲ ਆਪਣੀਆਂ ਧੱਕੇ ਨਾਲ, ਅਤੇ ਬਹੁਤ ਪਿਆਰ ਕਰਦੇ ਯਾਰ ਜਦੋਂ ਕਹਿਣਾ ਵੀ ਪੰਜਾਬੀ ਪੰਜਾਬੀ ਨੂੰ ਮਿਲਦਾ ਹੈ ਪਿੰਡੋਂ ਦੂਰ ਆ ਕੇ, ਬਾਕੀ ਜਦੋਂ ਏਰੀਏ ਦਾ ਮਿਲ ਜੇ ਫਿਰ ਤਾਂ ਕਿਆ ਹੀ ਬਾਤਾਂ। ਇੱਕ ਚੀਜ਼ ਹੋਰ ਹੈਗੀ ਸੀ ਤੁਹਾਨੂੰ ਦੱਸਣ ਵਾਲੀ, ਵੀ ਕਰੀ ਹੈ ਨਾ ਕੋਈ ਪ੍ਰੋਬਲਮ ਆਉਂਦੀ ਆ, ਮੰਨ ਕੇ ਚੱਲੋ ਤੁਹਾਨੂੰ ਖਰਦੁੰਗਲਾ ਤੋਂ ਪਹਿਲਾਂ ਪਹਿਲਾਂ ਆ ਜਾਂ ਆਪਣਾ ਸਾਊਥ ਪੁੱਲੂ ਤੋਂ ਪਹਿਲਾਂ ਸਾਊਥ ਪੁੱਲੂ 'ਤੇ ਆ ਕੇ ਹੈ ਨਾ, ਕੋਈ ਬੰਦਾ ਬਿਮਾਰ ਹੁੰਦਾ ਆਕਸੀਜਨ ਦੀ ਲੋੜ ਆ ਜਾਂ ਕੁਛ ਹੋਰ ਹੈ ਨਾ, ਤਾਂ ਇੱਥੇ ਇੱਕ ਟੂਰਿਸਟ ਮੈਡੀਕਲ ਕੈਂਪ ਅਲੱਗ ਤੋਂ ਬਣਿਆ ਹੋਇਆ, ਤੁਸੀਂ ਉੱਥੇ ਮਦਦ ਲੈ ਸਕਦੇ ਹੈ ਨਾ, ਕੋਈ ਆਕਸੀਜਨ ਦੀ ਪ੍ਰੋਬਲਮ ਆ ਗਈ ਜਾਂ ਕੋਈ ਹੋਰ ਪ੍ਰੋਬਲਮ ਆਉਂਦੀ ਆ, ਤੁਸੀਂ ਬਿਮਾਰ ਹੁੰਦੇ ਆ ਤਾਂ ਤੁਸੀਂ ਇੱਥੋਂ ਮਦਦ ਲੈ ਸਕਦੇ ਹਾਂ। ਆਪਾਂ ਜਾਈ ਜਾਂਦੇ ਖਰਦੁੰਗਲਾ ਟੋਪ, ਅਤੇ ਆਹ ਰਸਤੇ ਦੇ ਵਿੱਚ ਆਰਮੀ ਵਾਲਿਆਂ ਵੱਲੋਂ ਰੱਖਿਆ ਗਿਆ ਨਮੂਨਾ, ਪਲੀਜ਼ ਡਰਾਈਵ ਕੇਅਰਫੁਲੀ, ਵੀ ਜੇ ਅੰਨੇ ਵਾਰ ਡਰਾਈਵਿੰਗ ਕਰੋਗੇ ਤਾਂ ਇਹੋ ਜਿਹੇ ਰਸਤੇ 'ਤੇ ਆਹ ਹਾਲ ਹੋ ਸਕਦਾ। ਹੁਣ ਆਪਾਂ ਇੱਦੂ ਚੱਲਦੇ ਹਾਂ, ਅਤੇ ਅੱਗੇ ਬਰਫੋ ਬਰਫ ਹੀ ਹੈ ਕੰਮ, ਜਿਵੇਂ ਜੋਜਲਾ 'ਤੇ ਆਪਾਂ ਨੂੰ ਬਹੁਤ ਜ਼ਿਆਦਾ ਬਰਫ ਮਿਲੀ ਸੀ ਨਾ, ਉਵੇਂ ਖਰਦੁੰਗਲਾ ਪਾਸ 'ਤੇ ਵੀ ਇਸ ਵਾਰ ਬਰਫ ਵੱਧ ਆ, ਚੱਲਦੇ ਹਾਂ ਫਿਰ ਇੱਦੂ ਅੱਗੇ। ਇਸ ਵਾਰ ਵਾਕਈ ਬਹੁਤ ਬਰਫ ਆ, ਆਹ ਤੁਸੀਂ ਦੇਖ ਸਕਦੇ ਹੋ ਕਿਵੇਂ ਖੁਰ ਖੁਰ ਕੇ ਪਾਣੀ ਜਾਈ ਜਾਂਦਾ, ਅਤੇ ਅੱਗੇ ਬਣੀ ਜਾਂਦੇ ਝਰਨੇ। ਆਪਾਂ ਖੜ੍ਹੇ ਹਾਂ ਖਰਦੁੰਗਲਾ ਟੋਪ ਤੋਂ 6 ਕਿਲੋਮੀਟਰ ਪਿੱਛੇ, ਆਹ ਜਿਹੜੀ ਸਾਹਮਣੇ ਆਹ ਰੋਡ ਜਾਂਦੀ ਨਾ ਸਾਰੀ ਇਹ ਆ ਵਲ ਕੇ, ਦੇਖਣ ਨੂੰ ਇੱਥੇ ਜਮ੍ਹਾਂ ਨੇੜੇ ਲੱਗੀ ਜਾਂਦਾ ਪਰ ਫਿਰ ਵੀ 6 ਕਿਲੋਮੀਟਰ ਹੈਗਾ ਇੱਥੋਂ ਇਹ। ਤੁਰਦੇ ਹਾਂ ਇੱਥੋਂ ਅਤੇ ਕਰਦੇ ਹਾਂ, ਮੈਨੂੰ ਲੱਗਦਾ ਹੋਰ 5 ਵਜੇ ਤੱਕ ਕਰ ਦਿਆਂਗੇ, 3:30 ਦਾ ਟਾਈਮ ਹੋ ਗਿਆ, ਘੰਟਾ ਡੇਢ ਘੰਟਾ ਲੱਗ ਜੂ ਆਪਾਂ ਨੂੰ ਆਰਾਮ ਨਾਲ, 5 ਵਜੇ ਤੱਕ ਕਰ ਦਿਆਂਗੇ ਅੱਜ ਪਾਰ ਖਰਦੁੰਗਲਾ ਟੋਪ। ਜ਼ਿਆਦਾ ਬਰਫ਼ ਪਈ ਹੋਣ ਕਰਕੇ ਆਹ ਹਾਲ ਆ ਖਰਦੁੰਗਲਾ ਪਾਸ ਦਾ, ਅਤੇ ਆਪਾਂ ਜਾ ਰਹੇ ਹਾਂ ਹਜੇ ਥੋੜ੍ਹਾ ਪਿੱਛੇ ਹਾਂ, ਪਾਸ ਤੋਂ 2-3 ਕਿਲੋਮੀਟਰ ਪਿੱਛੇ, ਜਿਵੇਂ ਆਪਾਂ ਤੁਹਾਨੂੰ ਪਹਿਲਾਂ ਦਿਖਾਇਆ ਉਵੇਂ ਇੱਥੇ ਇੱਕ ਹੋਰ ਵਹੀਕਲ ਰੱਖਿਆ ਜਿਹੜਾ ਹਾਦਸੇ ਦਾ ਸ਼ਿਕਾਰ ਹੋਇਆ ਵਾ ਹੈ ਨਾ, ਲੋਕਾਂ ਨੂੰ ਸਮਝਾਉਣ ਵਾਸਤੇ ਵੀ ਹੌਲੀ ਚੱਲੋ ਨਹੀਂ ਫਿਰ ਆਹ ਹਾਲ ਹੁੰਦਾ, ਪਲੀਜ਼ ਡਰਾਈਵ ਕੇਅਰਫੁਲੀ।
ਤੇ ਬਸ ਆਪਾਂ ਨੇੜੇ ਆ ਪਾਸ ਦੇ। ਲਓ ਜੀ ਫਾਈਨਲੀ ਆਪਾਂ ਪਹੁੰਚ ਗਏ ਮਾਈਟੀ ਖਰਦੁੰਗਲਾ ਦੀ ਟਾਪ ਆਫ ਦੀ ਵਰਲਡ। 17,982 ਫੁੱਟ ਅਲਟੀਟਿਊਡ ਹੈ ਇਹਦਾ, ਪਰ ਇਹ ਹੈਗੀ ਆ ਦੁਨੀਆ ਦੀ ਦੂਜੇ ਨੰਬਰ ਦੀ ਸੜਕ ਅੱਜ ਦੇ ਟਾਈਮ 'ਚ। ਪਹਿਲੇ ਤਾਂ ਹੈਗੀ ਉਮਲਿੰਗਲਾ, ਉਮਲਿੰਗਲਾ ਨਾਲ ਹਜੇ ਆਪਣਾ ਵਾਹ ਨਹੀਂ ਪਿਆ ਹੈ ਨਾ, ਪਰ ਮੈਨੂੰ ਐਂ ਲੱਗਦਾ ਵੀ ਜਿਹੜਾ ਰਸਤਾ ਆਪਾਂ ਪਿੱਛੇ ਕਰਕੇ ਆਏ ਹਾਂ ਡਾਟ ਪਵਾਉਣ ਦੇ ਮਾਮਲੇ 'ਚ ਦੁਨੀਆ ਦੀ ਪਹਿਲੇ ਨੰਬਰ ਦੀ ਸੜਕ ਖਰਦੁੰਗਲਾ ਹੀ ਹੋਊਗੀ। ਪੂਰੀ ਤਸੱਲੀ ਕਰਾਤੀ, ਸਾਹੋ ਸਾਈ ਹੋ ਗਏ, ਦਮ ਪੱਟਿਆ ਗਿਆ, ਪਾਣੀ ਪੀ ਪੀ ਕੇ ਆਕਸੀਜਨ ਪੂਰੀ ਕੀਤੀ ਆ। ਅਤੇ ਇੱਥੇ ਹੁਣ ਪਹੁੰਚ ਗਏ ਅਤੇ ਹੱਥ ਸੁੰਨ ਹੋਈ ਜਾਂਦੇ, ਠੰਡ ਬਹੁਤ ਆ ਅਤੇ ਇੱਥੇ ਬਾਹਲਾ ਚਿਰ ਨਹੀਂ ਖੜ੍ਹਦੇ। ਅਤੇ ਸਮਾਨ ਆਪਣਾ ਉਹ ਹੋਟਲ 'ਚ ਪਿਆ, ਅਤੇ ਬਾਈ ਹੋਟਲ ਵਾਲਾ ਕਹਿੰਦਾ ਪਹਿਲਾਂ ਮੈਨੂੰ ਝੂਟਾ ਦੇ, ਕਹਿੰਦਾ ਸਮਾਨ ਤੇਰਾ ਤੈਨੂੰ ਫੇਰ ਦੇਵਾਂਗੇ। ਬਾਈ ਗਿਆ ਝੂਟਾ ਲੈਣ, ਅਤੇ ਆਪਾਂ ਵੀ ਬਾਈ ਤੋਂ ਫੋਟੋ ਫੋਟੋ ਕਰਵਾਵਾਂਗੇ, ਫਿਰ ਸਮਾਨ ਲਾਦੇ ਹਾਂ, ਇੱਥੋਂ ਚੱਲਦੇ ਹਾਂ ਫਿਰ ਦੇਣੇ ਅੱਜ ਕਿੱਥੇ ਬਣਦਾ ਪ੍ਰੋਗਰਾਮ ਰੁਕਣ ਦਾ। ਟਾਈਮ ਹੋ ਗਿਆ 7:15 ਅਤੇ ਆਪਾਂ ਖਰਦੁੰਗਲਾ ਤੋਂ ਨਿਕਲਣ ਲੱਗੇ ਹਾਂ। ਹੁਣ ਰਾਹ 'ਚ ਕੋਈ ਵੀਡੀਓ ਨਹੀਂ ਬਣਾਉਂਦੇ, ਬਸ ਜਿੱਥੇ ਰੁਕੇ ਉੱਥੇ ਤੁਹਾਨੂੰ ਦੱਸਾਂਗੇ ਆਪਾਂ ਕਿੱਥੇ ਰੁਕਦੇ ਹਾਂ, ਕਿਉਂਕਿ ਰਸਤਾ ਖਰਾਬ ਆ ਅਤੇ ਛੇਤੀ ਪਹੁੰਚਣਾ। ਇਦੂ ਬਾਅਦ ਦੱਸਦੇ ਹਾਂ ਕਿ ਜਿਵੇਂ ਦਿਨ ਛਿਪਦਾ ਅਤੇ ਥੋੜ੍ਹਾ ਰੋਡ 'ਤੇ ਪਾਣੀ ਜੰਮ ਜਾਂਦਾ ਫਿਰ ਕੰਮ ਰਿਸਕੀ ਹੋ ਜਾਂਦਾ। ਆਹ ਹਾਲ ਆ ਖਰਦੁੰਗਲਾ ਪਾਸ ਤੋਂ ਉਤਰਦੇ ਨੂੰ, ਬਰਫੀ ਬਰਫ ਜਿਹੜਾ ਸੀ ਸੜਕ 'ਤੇ ਪਾਣੀ ਵਗਦਾ ਉਹ ਵੀ ਜੰਮ ਜਾਂਦਾ ਗਾ। ਬਸ ਇੰਨਾ ਕੁ ਦੱਸਣਾ ਸੀ, ਹੁਣ ਇੱਥੋਂ ਆਪਾਂ ਚੱਲਦੇ ਹਾਂ ਅਤੇ ਰੁਕਣ ਦਾ ਟਿਕਾਣਾ ਕਰਦੇ ਹਾਂ ਕਿਤੇ। ਰਾਤ ਆਪਾਂ ਨੂੰ ਹੋ ਗਿਆ ਸੀਗਾ ਹਨੇਰਾ ਖਰਦੁੰਗਲਾ ਟੋਪ ਤੋਂ ਉਤਰਦਿਆਂ ਨੂੰ। ਆਪਾਂ ਪਹੁੰਚ ਗਏ ਸੀਗੇ ਨੌਰਥ ਕੁੱਲੂ। ਨੌਰਥ ਕੁੱਲੂ ਆ ਕੇ ਜਦੋਂ ਪੁੱਛਿਆ ਕਿ ਕੋਈ ਬਈ ਹਨੇਰਾ ਹੋ ਗਿਆ ਅੱਗੇ ਇੱਥੋਂ ਖਰਦੁੰਗ ਕਿੰਨੀ ਕੁ ਦੂਰ ਆ, ਕਹਿੰਦੇ ਖਰਦੁੰਗ ਜਾਣ ਨੂੰ ਰਹਿਣ ਦਿਓ ਤੁਸੀਂ ਇੱਥੇ ਰਹੋ। ਪਰ ਜਦੋਂ ਉੱਥੇ ਉਹਨਾਂ ਨੇ ਆਪਦੇ ਉੱਥੇ ਅਫਸਰਾਂ ਨਾਲ ਗੱਲ ਕੀਤੀ ਤਾਂ ਉਹ ਕਹਿੰਦੇ ਇੱਥੇ ਤੁਹਾਨੂੰ ਰੱਖਣਾ ਜਾਣੀ ਨਹੀਂ ਰੱਖ ਸਕਦੇ, ਮੁਸ਼ਕਲ ਆ ਕਿਉਂਕਿ ਇੱਥੇ ਆਕਸੀਜਨ ਦੀ ਕਮੀ ਆ, ਅਤੇ ਤੁਸੀਂ ਐਂ ਕਰੋ ਤੁਹਾਨੂੰ ਖਰਦੁੰਗ ਅਸੀਂ ਪਹੁੰਚਾ ਦਿੰਦੇ ਹਾਂ ਗੱਡੀ, ਗੱਡੀ 'ਤੇ ਛੱਡਿਆ ਉਹਨੇ ਆਪਾਂ। ਚਲੋ ਠੀਕ ਆ ਬਈ, ਧੰਨਵਾਦ ਤੁਹਾਡਾ ਹੈ ਨਾ। ਅਤੇ ਪਰ ਉੱਧਰ ਇੱਕ ਗੱਡੀ ਹੋਰ ਉਤਰੀ ਜਾਂਦੀ ਸੀ ਖਰਦੁੰਗਲਾ ਟੋਪ ਤੋਂ, ਜਿਹੜੀ ਜਾਂਦੀ ਸੀ ਹੁੰਦਰ। ਹੁੰਦਰ ਇੱਥੇ ਉਹ ਬਾਈ ਦਾ ਆਪਦਾ ਕੰਮ ਹੈਗਾ, ਇਹ ਤਾਂ ਗੈਸਟ ਹਾਊਸ ਦਾ ਜਾਣੀ ਟੈਂਟ 'ਚ ਲਾਏ ਵਾ ਕੈਂਪਿੰਗ ਦਾ ਕੰਮ ਇਹਨਾਂ ਦਾ। ਉਹ ਕਹਿੰਦਾ ਵੀ ਸਾਡੇ ਕੋਲ ਹੀ ਰਹਿ ਪਿਓ ਹੁੰਦਰ ਚੱਲੋ। ਫਿਰ ਆਪਾਂ ਨੂੰ ਇਹ ਸੀਗਾ ਕਿ ਖਰਦੁੰਗ ਰੁਕ ਕੇ ਉਦੋਂ ਬਾਅਦ ਹੁੰਦਰ ਹੀ ਜਾਣਾ, ਬਾਕੀ ਰਸਤਾ ਸਾਰਾ ਖਰਾਬ ਸੀ ਤਾਂ ਕਰਕੇ ਆਪਾਂ ਰਾਤੀ ਸਾਈਕਲ ਲੱਦ ਲਿਆ ਸੀ ਪਿਕਅਪ 'ਤੇ ਬਾਈ ਦੇ ਨਾਲ। ਆਪਾਂ ਪਹੁੰਚ ਗਏ ਸੀਗੇ ਹੁੰਦਰ ਨੁਬਰਾ ਵੈਲੀ, ਅਤੇ ਬਾਕੀ ਤੁਹਾਨੂੰ ਅਗਲੇ ਵਲੋਗ 'ਚ ਦਿਖਾਵਾਂਗੇ ਆਪਾਂ ਕਿੱਥੇ ਰੁਕੇ ਸੀ ਹੈ ਨਾ, ਨੁਬਰਾ ਵੈਲੀ ਕੀ ਆ, ਕਿਉਂ ਉਹਨੂੰ ਇਹ ਕੋਲਡ ਡੈਜ਼ਰਟ ਜਾਂ ਠੰਡਾ ਮਾਰੂਥਲ ਕਹਿੰਦੇ ਆ, ਉਹ ਅਗਲੇ ਵਲੋਗ 'ਚ ਸਹੀ। ਇਹਨੂੰ ਆਪਾਂ ਇੱਥੇ ਕਰਦੇ ਹਾਂ ਖਤਮ। ਜੁੜੇ ਰਹੋ ਚੈਨਲ ਨੂੰ, ਲਾਈਕ ਸ਼ੇਅਰ ਸਬਸਕ੍ਰਾਈਬ ਕਰ ਦਿਓ। ਫਿਰ ਤੁਹਾਨੂੰ ਅੱਗੇ ਦੀ ਗੱਲ ਦਿਖਾਉਣੀ ਹੁੰਦਰ ਤੋਂ ਬਾਅਦ ਦਾ ਕੀ ਮਾਹੌਲ ਆ।